ਸਾਡੇ ਕੋਲ ਜੀ ਬਠਿੰਡਾ ਦੇ ਵਿੱਚ ਤਕਰੀਬਨ 3 ਲੱਖ ਐਮਟੀ ਦੇ ਜਿਹੜਾ ਸੀਗਾ ਅਰਾਈਵਲ ਹੋਈ ਹੈਗੀ ਹੈ ਫਿਲਹਾਲ, ਔਰ ਜਿਹੜਾ ਸਾਡੀ ਲਗਾਤਾਰ ਜਿਹੜੀ ਹੈਗੀ ਆ ਉਹ ਪਰਚੇਸ ਚੱਲ ਰਹੀ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਤੁਹਾਡੇ ਪਿੱਛੇ ਹੀ ਟਰੱਕ ਖੜਾ ਲਿਫਟਿੰਗ ਦੇ ਵਾਸਤੇ, ਸੋ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਡੀ ਜ਼ਿਲ੍ਹੇ ਦੀ ਸਾਰੀ ਟੀਮ ਜਿਹੜੀ ਆ ਉਹ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ। ਸੋ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਹੀ ਸਾਡੇ ਕੋਲ 2 ਲੱਖ ਐਮਟੀ ਦੇ ਨੇੜੇ ਤੇੜੇ ਮਾਲ ਆ ਗਿਆ, ਸਾਡੇ ਐਗਰੀਮੈਂਟਸ ਜਿਹੜੇ ਹੈਗੇ ਆ ਉਹ ਸਾਰੇ ਲਗਭਗ ਹੋ ਚੁੱਕੇ ਹੈਗੇ ਆ, ਔਰ ਇਸੇ ਤਰ੍ਹਾਂ ਸਾਡੀ ਜਿਹੜੀ ਪਰਚੇਜ ਔਰ ਲਿਫਟਿੰਗ ਦਾ ਕੰਮ ਜਿਹੜਾ ਹੈ ਉਹ ਲਗਭਗ ਜਿਹੜਾ ਹੈਗਾ ਸਮੂਥਲੀ ਚੱਲ ਹੁਣ ਚੱਲਣ ਲੱਗ ਜਾਏਗਾ 1-2 ਦਿਨਾਂ ਦੇ ਵਿੱਚ ਹੀ। ਸੋ ਸਾਡੀ ਸਾਰੀ ਟੀਮ ਜਿਹੜੀ ਆ ਉਹ ਲੱਗੀ ਹੋਈ ਹੈ। ਅੱਜ ਮੰਡੀ ਦੇ ਵਿੱਚ ਜੀ ਅਸੀਂ ਦੌਰਾ ਕਰਨ ਆਏ ਹੈਗੇ ਆ, ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਹੈਗਾ 72 ਆਵਰਸ ਦੇ ਵਿਦਨ ਅਸੀਂ ਸਾਰੀ ਲਿਫਟਿੰਗ ਕਰਾ ਦਈਏ। ਸੋ ਜਿਹੜੇ ਵੀ ਸਾਡੇ ਕਿਸਾਨ ਆਉਂਦੇ ਆ, ਪੀਣ ਵਾਲਾ ਪਾਣੀ, ਛਾਂ ਦਾ ਪ੍ਰਬੰਧ ਜਿਹੜਾ ਹੈਗਾ ਔਰ ਸਾਫ਼ ਸਫਾਈ ਦਾ ਮੰਡੀਆਂ ਦੇ ਵਿੱਚ ਪੂਰਾ ਪ੍ਰਬੰਧ ਹੋਵੇ, ਸੋ ਸਾਰਾ ਜਿਹੜਾ ਹੈਗਾ ਉਸਦਾ ਜਾਇਜ਼ਾ ਅਸੀਂ ਲੈ ਆਏ। ਜਿਹੜਾ ਬਠਿੰਡਾ ਲੋਕਾਂ ਨੂੰ ਇਸ ਗੱਲ ਦੀ ਆ ਰਹੀ ਹੈ ਕਿ ਇੱਥੇ ਸਿੱਟਣ ਨੂੰ ਥਾਂ ਨਹੀਂ ਹੈ ਜੀ, ਤਾਂ ਉੱਥੇ ਜਿਹੜਾ ਵੱਡਣ ਵੇਲੇ ਜੀ ਮਾਰਕੀਟ ਬਹੁਤ ਜ਼ਿਆਦਾ ਹੈ। ਜਿਹੜਾ ਦੇਖੋ ਇਸ ਵਾਰ ਜਿਹੜੀ ਹੈ ਬਠਿੰਡਾ ਦੇ ਵਿੱਚ ਹਾਰਵੈਸਟਿੰਗ ਥੋੜੀ ਡਿਲੇਡ ਹੈਗੀ ਹੈ, ਅਸੀਂ ਸਿਰਫ 20% ਏਰੀਆ ਜਿਹੜਾ ਹੈਗਾ ਅਜੇ ਹਾਰਵੈਸਟਿੰਗ ਹੋਈ ਹੈਗੀ ਹੈ, ਸੋ ਅਸੀਂ ਉਹ ਸਾਰਾ ਮੈਨੇਜ ਕਰ ਰਹੇ ਹਾਂ। ਲਗਭਗ ਤੁਸੀਂ ਦੇਖੋਗੇ 1-2 ਦਿਨਾਂ ਦੇ ਵਿੱਚ ਹੀ ਸਾਰੀ ਪ੍ਰੋਕਿਊਰਮੈਂਟ ਜਿਹੜੀ ਹੈ ਬਹੁਤ ਸਮੂਥਲੀ ਚੱਲੇਗੀ। 20% ਹੋਇਆ ਅਜੇ ਤੱਕ ਸਿਰਫ 40,000 ਹੈਕਟੇਅਰ। ਮੈਮ ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਜਾਣ ਕੀਤੇ ਆਪਣੇ ਇਸ ਕਿ ਨਹੀਂ ਸਾਡੀ ਗੱਲ ਕੋਈ ਹੈ ਕੀ ਲੱਗ ਰਿਹਾ? ਨਹੀਂ, ਅਸੀਂ ਸਾਰੀ ਟੀਮ ਜਿਹੜੀ ਹੈਗੀ ਮਾਨਯੋਗ ਡੀ ਸਾਹਿਬ ਦੀ ਪ੍ਰਧਾਨਗੀ ਹੇਠ ਸਾਡੀ ਸਾਰੀ ਟੀਮ ਲੱਗੀ ਹੋਈ ਹੈ। ਹਜੇ ਤਕਰੀਬਨ ਜਿਹੜਾ ਬਠਿੰਡਾ ਦੇ ਵਿੱਚ 40% ਮੈਂ ਸਮਝਦੀ 20% ਏਰੀਆ ਜਿਹੜਾ ਹੈਗਾ ਜਿਵੇਂ 40,000 ਐਮਟੀ ਜਿਹੜੀ ਹੈ ਹਾਰਵੈਸਟਿੰਗ ਅਜੇ ਹੋਈ ਹੈ, ਸੋ ਅਜੇ ਅਸੀਂ ਕੰਫਰਟੇਬਲੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਹਜੇ ਹੋਰ ਜਿਹੜੀ ਹਾਰਵੈਸਟਿੰਗ ਹੋਏਗੀ, ਔਰ ਅਸੀਂ ਲਗਭਗ ਜਿਹੜੇ ਹੈਗੇ ਆਪਣੇ ਪ੍ਰਬੰਧ ਸਾਰੇ ਪੁਖਤਾ ਪ੍ਰਬੰਧ ਕਰ ਲਏ ਹੈਗੇ ਆ। 2 ਦਿਨਾਂ 'ਚ ਤੁਸੀਂ ਦੇਖੋਗੇ ਉਹ ਸਾਰਾ ਸਮੂਥਲੀ ਹੋ ਜਾਏਗਾ, ਸੋ ਅਸੀਂ ਕਿਸਾਨਾਂ ਨੂੰ ਵੀ ਇਹੀ ਆਸ਼ਵਾਸਨ ਜਿਹੜਾ ਹੈਗਾ ਉਹ ਦੇ ਰਹੇ ਹਾਂ। ਅਰਾਈਵਲ ਹੋਈ ਹੈਗੀ ਫਿਲਹਾਲ, ਔਰ ਜਿਹੜਾ ਸਾਡੀ ਲਗਾਤਾਰ ਜਿਹੜੀ ਹੈਗੀ ਆ ਉਹ ਪਰਚੇਸ ਚੱਲ ਰਹੀ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਤੁਹਾਡੇ ਪਿੱਛੇ ਹੀ ਟਰੱਕ ਖੜਾ ਲਿਫਟਿੰਗ ਦੇ ਵਾਸਤੇ, ਸੋ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਡੀ ਜ਼ਿਲ੍ਹੇ ਦੀ ਸਾਰੀ ਟੀਮ ਜਿਹੜੀ ਆ ਉਹ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ। ਸੋ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਹੀ ਸਾਡੇ ਕੋਲ 2 ਲੱਖ ਐਮਟੀ ਦੇ ਨੇੜੇ ਤੇੜੇ ਮਾਲ ਆ ਗਿਆ, ਸਾਡੇ ਐਗਰੀਮੈਂਟਸ ਜਿਹੜੇ ਹੈਗੇ ਆ ਉਹ ਸਾਰੇ ਲਗਭਗ ਹੋ ਚੁੱਕੇ ਹੈਗੇ ਆ, ਔਰ ਇਸੇ ਤਰ੍ਹਾਂ ਸਾਡੀ ਜਿਹੜੀ ਪਰਚੇਜ਼ ਔਰ ਲਿਫਟਿੰਗ ਦਾ ਕੰਮ ਜਿਹੜਾ ਹੈ ਉਹ ਲਗਭਗ ਜਿਹੜਾ ਹੈਗਾ ਸਮੂਥਲੀ ਚੱਲ ਹੁਣ ਚੱਲਣ ਲੱਗ ਜਾਏਗਾ 1-2 ਦਿਨਾਂ ਦੇ ਵਿੱਚ ਹੀ। ਸੋ ਸਾਡੀ ਸਾਰੀ ਟੀਮ ਜਿਹੜੀ ਆ ਉਹ ਲੱਗੀ ਹੋਈ ਹੈ। ਅੱਜ ਮੰਡੀ ਦੇ ਵਿੱਚ ਜੀ ਅਸੀਂ ਦੌਰਾ ਕਰਨ ਆਏ ਹੈਗੇ ਆ, ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਹੈਗਾ 72 ਆਵਰਸ ਦੇ ਵਿਦਨ ਅਸੀਂ ਸਾਰੀ ਲਿਫਟਿੰਗ ਕਰਾ ਦਈਏ। ਸੋ ਜਿਹੜੇ ਵੀ ਸਾਡੇ ਕਿਸਾਨ ਆਉਂਦੇ ਆ, ਪੀਣ ਵਾਲਾ ਪਾਣੀ, ਛਾਂ ਦਾ ਪ੍ਰਬੰਧ ਜਿਹੜਾ ਹੈਗਾ ਔਰ ਸਾਫ਼ ਸਫਾਈ ਦਾ ਮੰਡੀਆਂ ਦੇ ਵਿੱਚ ਪੂਰਾ ਪ੍ਰਬੰਧ ਹੋਵੇ, ਸੋ ਸਾਰਾ ਜਿਹੜਾ ਹੈਗਾ ਉਸਦਾ ਜਾਇਜ਼ਾ ਅਸੀਂ ਲੈ ਆਏ। ਜਿਹੜਾ ਬਠਿੰਡਾ ਹਾਂਜੀ ਲੋਕਾਂ ਨੂੰ ਇਸ ਗੱਲ ਦੀ ਆ ਰਹੀ ਹੈ ਕਿ ਇੱਥੇ ਸਿੱਟਣ ਨੂੰ ਥਾਂ ਨਹੀਂ ਹੈ ਜੀ, ਤਾਂ ਉੱਥੇ ਜਿਹੜਾ ਵੱਡਣ ਵੇਲੇ ਜੀ ਮਾਰਕੀਟ ਬਹੁਤ ਜ਼ਿਆਦਾ ਹੈ। ਜਿਹੜਾ ਦੇਖੋ ਇਸ ਵਾਰ ਜਿਹੜੀ ਹੈ ਬਠਿੰਡਾ ਦੇ ਵਿੱਚ ਹਾਰਵੈਸਟਿੰਗ ਥੋੜੀ ਡਿਲੇਡ ਹੈਗੀ ਹੈ, ਅਸੀਂ ਸਿਰਫ 20% ਏਰੀਆ ਜਿਹੜਾ ਹੈਗਾ ਅਜੇ ਹਾਰਵੈਸਟਿੰਗ ਹੋਈ ਹੈਗੀ ਹੈ, ਸੋ ਅਸੀਂ ਉਹ ਸਾਰਾ ਮੈਨੇਜ ਕਰ ਰਹੇ ਹਾਂ। ਲਗਭਗ ਤੁਸੀਂ ਦੇਖੋਗੇ 1-2 ਦਿਨਾਂ ਦੇ ਵਿੱਚ ਹੀ ਸਾਰੀ ਪ੍ਰੋਕਿਊਰਮੈਂਟ ਜਿਹੜੀ ਹੈ ਬਹੁਤ ਸਮੂਥਲੀ ਚੱਲੇਗੀ। 20% ਹੋਇਆ ਅਜੇ ਤੱਕ ਸਿਰਫ 40,000 ਹੈਕਟੇਅਰ। ਮੈਮ ਇਸ ਚੀਜ਼ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਨੂੰ ਜਾਣ ਕੀਤੇ ਆਪਣੇ ਕਿ ਨਹੀਂ ਸਾਡੀ ਗੱਲ ਕੋਈ ਹੈ ਕੀ ਲੱਗ ਰਿਹਾ? ਨਹੀਂ, ਅਸੀਂ ਸਾਰੀ ਟੀਮ ਜਿਹੜੀ ਹੈਗੀ ਮਾਨਯੋਗ ਡੀ ਸਾਹਿਬ ਦੀ ਪ੍ਰਧਾਨਗੀ ਹੇਠ ਸਾਡੀ ਸਾਰੀ ਟੀਮ ਲੱਗੀ ਹੋਈ ਹੈ। ਹਜੇ ਤਕਰੀਬਨ ਜਿਹੜਾ ਬਠਿੰਡਾ ਦੇ ਵਿੱਚ 40% ਮੈਂ ਸਮਝਦੀ 20% ਏਰੀਆ ਜਿਹੜਾ ਹੈਗਾ ਜਿਵੇਂ 40,000 ਐਮਟੀ ਜਿਹੜੀ ਹੈ ਹਾਰਵੈਸਟਿੰਗ ਅਜੇ ਹੋਈ ਹੈ, ਸੋ ਅਜੇ ਅਸੀਂ ਕੰਫਰਟੇਬਲੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਹਜੇ ਹੋਰ ਜਿਹੜੀ ਹਾਰਵੈਸਟਿੰਗ ਹੋਏਗੀ, ਔਰ ਅਸੀਂ ਲਗਭਗ ਜਿਹੜੇ ਹੈਗੇ ਆ ਆਪਣੇ ਪ੍ਰਬੰਧ ਸਾਰੇ ਪੁਖਤਾ ਪ੍ਰਬੰਧ ਕਰ ਲਏ ਹੈਗੇ ਆ। 2 ਦਿਨਾਂ 'ਚ ਤੁਸੀਂ ਦੇਖੋਗੇ ਉਹ ਸਾਰਾ ਸਮੂਥਲੀ ਹੋ ਜਾਏਗਾ, ਸੋ ਅਸੀਂ ਕਿਸਾਨਾਂ ਨੂੰ ਵੀ ਇਹੀ ਆਸ਼ਵਾਸਨ ਜਿਹੜਾ ਹੈਗਾ ਉਹ ਦੇ ਰਹੇ ਹਾਂ। ਨਹੀਂ, ਸਾਰਾ ਕੁਝ ਹੋ ਰਿਹਾ ਜੀ, ਬਿਲਕੁਲ ਠੀਕ ਹੋ ਰਿਹਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।